ਅੱਜ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜਿਨ੍ਹਾਂ ਲੋਕਾਂ ਨੇ ਵਾਰ-ਵਾਰ ਦਾਤਾ ਜੀ ਨੂੰ ਆਪਣੀ ਦੁਆ ਫਰਿਆਦ ਕੀਤੀ ਹੈ ਪਰ ਉਹਨਾਂ ਦੀ ਦੁਆ ਫਰਿਆਦ ਕਬੂਲ ਨਹੀਂ ਹੋ ਰਹੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਅਜਿਹੀ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਦੋਂ ਵੀ ਆਪਣੀ ਦੁਆ ਫਰਿਆਦ ਕਬੂਲ ਹੋਣ ਵਾਲੀ ਹੁੰਦੀ ਹੈ ਜਾਂ ਇਦਾਂ ਕਹਿ ਲਓ ਸਾਈਂ ਜੀ ਦੀ ਕਿਰਪਾ ਆਪਣੇ ਤੇ ਹੋਣ ਵਾਲੀ ਹੁੰਦੀ ਹੈ ਜਾਂ ਇਦਾਂ ਵੀ ਕਹਿ ਸਕਦੇ ਹੋ ਕਿ ਜੋ ਵੀ ਚੀਜ਼ ਆਪਾਂ ਸਾਈਂ ਜੀ ਤੋਂ ਮੰਗੀ ਹੁੰਦੀ ਹੈ ਉਹ ਚੀਜ਼ ਆਪਾਂ ਨੂੰ ਮਿਲਣ ਵਾਲੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਤਿੰਨ ਸੰਕੇਤ ਮਿਲਦੇ ਨੇ ਜਿਨ੍ਹਾਂ ਨੂੰ ਵੀ ਇਹ ਤਿੰਨ ਸੰਕੇਤ ਮਿਲਦੇ ਨੇ ਉਹਨਾਂ ਦੀ ਦੁਆ ਫਰਿਆਦ ਜ਼ਰੂਰ ਕਬੂਲ ਹੁੰਦੀ ਹੈ ਤੇ ਉਹਨਾਂ ਨੂੰ ਉਹ ਚੀਜ਼ ਜ਼ਰੂਰ ਮਿਲਦੀ ਹੈ ਸਾਈਂ ਜੀ ਉਹਨਾਂ ਲੋਕਾਂ ਤੇ ਹਮੇਸ਼ਾ ਕਿਰਪਾ ਕਰਦੇ ਨੇ ਤੇ ਜਿਨ੍ਹਾਂ ਦੀ ਦੁਆ ਫਰਿਆਦ ਕਬੂਲ ਨਹੀਂ ਹੋ ਰਹੀ ਜਿਨ੍ਹਾਂ ਨੂੰ ਇਹ ਤਿੰਨ ਸੰਕੇਤ ਨਹੀਂ ਮਿਲ ਰਹੇ ਉਹਨਾਂ ਲੋਕਾਂ ਦੀ ਗੱਲ ਆਪਾਂ ਵੀਡੀਓ ਦੇ ਅੰਤ ਦੇ ਵਿੱਚ ਕਰਾਂਗੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਵੈਸੇ ਤਾਂ ਇਹ ਤਿੰਨੇ ਸੰਕੇਤ ਬਹੁਤ ਹੀ ਜ਼ਿਆਦੇ ਖਾਸ ਨੇ। ਇਹ ਕਿਸੇ ਵਿਰਲੇ ਨੂੰ ਹੀ ਮਿਲਦੇ ਨੇ ਜਦੋਂ ਉਹਨਾਂ ਤੇ ਸਾਈਂ ਜੀ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ। ਪਰ ਜੋ ਤੀਸਰਾ ਸੰਕੇਤ ਹੈ ਉਹ ਮੇਰਾ ਆਪਣਾ ਐਕਸਪੀਰੀਅੰਸ ਹੈ। ਇਸ ਲਈ ਮੈਂ ਉਹ ਵੀਡੀਓ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਸੰਕੇਤ ਦੀ। ਜਦੋਂ ਆਪਣੀ ਮੁਰਾਦ ਪੂਰੀ ਹੋਣ ਵਾਲੀ ਹੁੰਦੀ ਹੈ ਜਾਂ ਸਾਈਂ ਜੀ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ ਤਾਂ ਉਦੋਂ ਆਪਾਂ ਨੂੰ ਸਭ ਤੋਂ ਪਹਿਲਾ ਸੰਕੇਤ ਇਹ ਮਿਲਦਾ ਹੈ ਕਿ ਆਪਣੇ ਤੇ ਦੁੱਖ ਬਹੁਤ ਆਉਂਦੇ ਨੇ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣੇ ਆ ਕਿ ਦੁੱਖ ਕਿਉਂ ਆਉਣਗੇ ਜੇਕਰ ਸਾਈਂ ਜੀ ਦੀ ਕਿਰਪਾ ਹੋਵੇਗੀ ਤਾਂ ਦੁੱਖ ਇਸ ਕਰਕੇ ਆਉਂਦੇ ਨੇ ਜਦੋਂ ਆਪਾਂ ਪੀਰ ਮੁਰਸ਼ਿਦ ਦੇ ਲੜ ਲੱਗ ਜਾਂਦੇ ਆ ਆਪਾਂ ਉਹਨਾਂ ਨੂੰ ਆਪਣਾ ਸਭ ਕੁਝ ਮੰਨ ਲੈਣੇ ਆ ਤਾਂ ਪੀਰ ਮੁਰਸ਼ਿਦ ਸਭ ਤੋਂ ਪਹਿਲਾਂ ਆਪਣੇ ਮੁਰਿੱਦ ਦਾ ਇੱਕ ਟੈਸਟ ਲੈਂਦੇ ਨੇ ਉਸ ਦੇ ਵਿੱਚ ਵੇਖਦੇ ਨੇ ਕਿ ਮੇਰਾ murid ਵਾਕਿਆ ਪੱਕਾ ਹੈ ਜਾਂ ਕੱਚਾ ਹੈ ਜੋ ਵੀ ਇਸ ਨੇ ਮੇਰੇ ਤੋਂ ਮੰਗਿਆ ਕਿ ਮੇਰਾ murid ਉਸ ਚੀਜ਼ ਦੇ ਲਾਇਕ ਹੈਗਾ ਵੀ ਹੈ ਜਾਂ ਨਹੀਂ ਐਸੇ ਕਰਕੇ ਆਪਣੇ ਪੀਰ ਮੁਰਸ਼ਿਦ ਸਭ ਤੋਂ ਪਹਿਲਾਂ ਆਪਣਾ ਇਮਤਿਹਾਨ ਜ਼ਰੂਰ ਲੈਂਦੇ ਨੇ ਜੇਕਰ ਆਪਾਂ ਇਮਤਿਹਾਨ ਦੇ ਵਿੱਚੋਂ ਪਾਸ ਹੋ ਜਾਂਦੇ ਆ ਉਹਨਾਂ ਦੁੱਖਾਂ ਦੇ ਵਿੱਚੋਂ ਲੰਘ ਕੇ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਬਣਾਈ ਰੱਖਦੇ ਆ ਤਾਂ ਪੀਰ ਮੁਰਸ਼ਿਦ ਆਪਣੇ ਤੇ ਕਿਰਪਾ ਕਰਦੇ ਨੇ ਇਹ ਆਪਾਂ ਨੂੰ ਉਹ ਚੀਜ਼ ਜ਼ਰੂਰ ਦਿੰਦੇ ਨੇ ਜੋ ਆਪਾਂ ਉਹਨਾਂ ਤੋਂ ਮੰਗੀ ਹੁੰਦੀ ਹੈ ਇਸੇ ਕਰਕੇ ਇਹ ਸਭ ਤੋਂ ਵੱਡਾ ਸੰਕੇਤ ਹੈ ਕਿ ਜਦੋਂ ਵੀ ਇੱਕ ਇਨਸਾਨ ਤੇ ਜਦੋਂ ਉਹ ਪੀਰ ਮੁਰਸ਼ਿਦ ਦੇ ਲੜ ਲੱਗਦਾ ਹੈ ਤਾਂ ਉਸ ਤੇ ਦੁੱਖ ਬਹੁਤ ਆਉਂਦੇ ਨੇ ਇਹਨਾਂ ਦੁੱਖਾਂ ਨੂੰ ਵੇਖ ਕੇ ਘਬਰਾਇਆ ਨਾ ਕਰੋ ਸਗੋਂ ਖੁਸ਼ ਹੋਇਆ ਕਰੋ ਕਿ ਮੇਰਾ ਪੀਰ ਮੁਰਸ਼ਿਦ ਮੇਰਾ ਇਮਤਿਹਾਨ ਲੈ ਰਿਹਾ ਹੈ ਤੇ ਹੁਣ ਮੈਨੂੰ ਸਭ ਕੁਝ ਮਿਲੇਗਾ ਹੁਣ ਗੱਲ ਕਰਦੇ ਹਾਂ ਦੂਸਰੇ ਖਾਸ ਸੰਕੇਤ ਦੀ ਜਦੋਂ ਵੀ ਆਪਾਂ ਆਪਣੇ ਪੀਰ ਮੁਰਸ਼ਿਦ ਤੋਂ ਕੁਝ ਮੰਗਦੇ ਹਾਂ ਉਹ ਚੀਜ਼ ਆਪਾਂ ਨੂੰ ਮਿਲਣ ਵਾਲੀ ਹੁੰਦੀ ਹੈ ਤਾਂ ਇਹ ਖਾਸ ਵੱਡਾ ਸੰਕੇਤ ਆਪਾਂ ਨੂੰ ਜ਼ਰੂਰ ਮਿਲਦਾ ਹੈ ਵੀਡੀਓ ਦੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਵੀ ਇਹ ਸੰਕੇਤ ਮਿਲਿਆ ਜਦੋਂ ਆਪਾਂ ਕੋਈ ਵੀ ਚੀਜ਼ ਸੱਚੇ ਦਿਲੋਂ ਮੰਗਦੇ ਹਾਂ ਆਪਾਂ ਆਪਣੇ ਪੀਰ ਮੁਰਸ਼ਿਦ ਦੇ ਲੜ ਲੱਗੇ ਹੁੰਨੇ ਆ ਤਾਂ ਉਦੋਂ ਆਪਣਾ ਮਨ ਤੇ ਆਪਣਾ ਦਿਲ ਬਹੁਤ ਹੀ ਖੁਸ਼ ਹੁੰਦਾ ਆ ਆਪਾਂ ਨੂੰ ਪਤਾ ਹੁੰਦਾ ਕੇ ਚੀਜ਼ ਸਾਡੇ ਪੀਰ ਮੁਰਸ਼ਿਦ ਨੇ ਸਾਨੂੰ ਦੇ ਹੀ ਦੇਣੀ ਹੈ ਤੇ ਮਨ ਤੇ ਦਿਲ ਦੋਨੋਂ ਇੰਨੇ ਖੁਸ਼ ਹੁੰਦੇ ਨੇ ਆਪਣੇ ਪੀਰ ਮੁਰਸ਼ਿਦ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਨੇ ਸਾਰਾ ਦਿਨ ਇਹਨਾਂ ਵਧੀਆ ਬੀਤਦਾ ਇਦਾਂ ਲੱਗਦਾ ਹੁੰਦਾ ਕਿ ਜ਼ਿੰਦਗੀ ਸਵਰਗ ਹੈ ਹਮੇਸ਼ਾ ਆਪਣੇ ਪੀਰ ਮੁਰਸ਼ਿਦ ਦੀ ਯਾਦ ਆਉਂਦੀ ਰਹਿੰਦੀ ਹੈ ਤੇ ਆਪਾਂ ਉਹਨਾਂ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਯਾਦ ਕਰਦੇ ਰਹਿਣੇ ਆ ਇਹ ਵੀ ਇੱਕ ਪੀਰ ਮੁਰਸ਼ਿਦ ਦੀ ਕਿਰਪਾ ਹੀ ਹੈ ਜਦੋਂ ਉਹਨਾਂ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ ਕੋਈ ਵੀ ਚੀਜ਼ ਮਿਲਣ ਵਾਲੀ ਹੁੰਦੀ ਹੈ ਤਾਂ ਇਹ ਸੰਕੇਤ ਜ਼ਰੂਰ ਮਿਲਦਾ ਹੈ ਹੁਣ ਗੱਲ ਕਰਦੇ ਆ ਸਭ ਤੋਂ ਖਾਸ ਸੰਕੇਤ ਦੀ ਤੀਸਰੇ ਸੰਕੇਤ ਦੀ ਜਦੋਂ ਆਪਾਂ ਆਪਣੇ ਪੀਰ ਮੁਰਸ਼ਦ ਤੋਂ ਕੁਝ ਮੰਗ ਲੈਨੇ ਆ ਜੋ ਆਪਣੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਆਪਣੇ ਪੀਰ ਮੁਰਸ਼ਦ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਲਈ ਬਹੁਤ ਜ਼ਰੂਰੀ ਹੈ ਤਾਂ ਆਪਣੇ ਪੀਰ ਮੁਰਸ਼ਦ ਉਸ ਚੀਜ਼ ਬਾਰੇ ਆਪਾਂ ਨੂੰ ਪਹਿਲਾਂ ਆ ਕੇ ਦੱਸ ਜਾਂਦੇ ਨੇ ਤੁਸੀਂ ਵੇਖਿਆ ਹੋਣਾ ਜੇਕਰ ਤੁਸੀਂ ਪੀਰ ਮੁਰਸ਼ਦ ਨੂੰ ਸੱਚੇ ਦਿਲੋਂ ਮੰਨਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਕੁਝ ਹੋਣਾ ਹੁੰਦਾ ਉਸ ਦਾ ਸੰਕੇਤ ਤੁਹਾਨੂੰ ਪਹਿਲਾਂ ਮਿਲ ਜਾਂਦਾ ਜਾਂ ਤਾਂ ਸੁਪਨਾ ਕੋਈ ਇਦਾਂ ਦਾ ਹੁੰਦਾ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਇਦਾਂ ਦੀ ਆ ਜਾਂਦੀ ਹੈ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਮੇਰੇ ਨਾਲ ਹੋਣਾ ਸੀ ਇਸੇ ਤਰ੍ਹਾਂ ਪੀਰ ਮੁਰਸ਼ਦ ਵੀਰਵਾਰ ਵਾਲੇ ਦਿਨ ਜਾਂ ਹੋਰ ਕਿਸੇ ਦਿਨ ਆਪਣੇ murid ਦੇ ਸੁਪਣੇ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਕੁਝ ਦੇ ਕੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਆਪਣੀ ਮੁਰਾਦ ਅਸਲ ਦੇ ਵਿੱਚ ਪੂਰੀ ਹੋ ਜਾਂਦੀ ਹੈ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਸਾਡੇ ਪੀਰ ਮੁਰਸ਼ਿਦ ਇਹ ਚੀਜ਼ ਸਾਨੂੰ ਪਹਿਲਾਂ ਆ ਕੇ ਦੇਗੇ ਸੀ ਇਹ ਸੀ ਉਹ ਤਿੰਨ ਸੰਕੇਤ ਜਦੋਂ ਮੁਰਾਦ ਪੂਰੀ ਹੋਣ ਤੋਂ ਆਪਾਂ ਨੂੰ ਪਹਿਲਾਂ ਮਿਲਦੇ ਨੇ ਹੁਣ ਗੱਲ ਕਰਦੇ ਆਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਮੁਰਾਦ ਪੂਰੀ ਨਹੀਂ ਹੋ ਰਹੀ ਉਹਨਾਂ ਨੂੰ ਇਹ ਤਿੰਨ ਸੰਕੇਤ ਨਹੀਂ ਮਿਲ ਰਹੇ ਹੁਣ ਇਹ ਗੱਲ ਧਿਆਨ ਦੇ ਨਾਲ ਸੁਣਿਓ ਜੇਕਰ ਤੁਹਾਡੀ ਮੁਰਾਦ ਪੂਰੀ ਨਹੀਂ ਹੋ ਰਹੀ ਇਹਨਾਂ ਤਿੰਨ ਸੰਕੇਤਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੰਕੇਤ ਨਹੀਂ ਮਿਲ ਰਿਹਾ ਤਾਂ ਇਹ ਗੱਲ ਯਾਦ ਰੱਖਿਓ ਕਿ ਤੁਹਾਡੇ ਪੀਰ ਮੁਰਸ਼ਿਦ ਨੇ ਤੁਹਾਡੇ ਸਾਈਂ ਨੇ ਤੁਹਾਡੇ ਲਈ ਹੋਰ ਬਹੁਤ ਵੱਡਾ ਸੋਚਿਆ ਹੈ ਇੱਥੇ ਹੀ ਸੋਚ ਕੇ ਨਿਰਾਸ਼ ਨਾ ਹੋਇਓ ਕਿ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਤੁਹਾਡੇ ਪੀਰ ਮੁਰਸ਼ਿਦ ਨੇ ਇਸ ਤੋਂ ਵੀ ਵਧੀਆ ਸੋਚਿਆ ਹੋਇਆ ਥੋੜਾ ਜਿਹਾ ਇੰਤਜ਼ਾਰ ਕਰੋ ਕੀ ਪਤਾ ਤੁਹਾਡਾ ਹਜੇ ਇਮਤਿਹਾਨ ਹੀ ਚੱਲ ਰਿਹਾ ਹੋਵੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੀ ਮੁਰਾਦ ਪੂਰੀ ਹੋਣ ਤੋਂ ਪਹਿਲਾਂ ਤੁਹਾਨੂੰ ਕਿਹੜਾ ਸੰਕੇਤ ਮਿਲਿਆ ਸੀ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ